ਜੀ ਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵਿਸ਼ੇਸ਼ اجلاس ਸੱਦਾ ਗਿਆ ਸੀਗਾ ਗੁਰਦੁਆਰਾ ਐਕਟ ਸੋਧ ਨੂੰ ਲੈ ਕੇ ਜੀ ਤੇ ਉਹਨਾਂ ਕਿਹਾ ਕਿ ਸਰਕਾਰ ਦੇ ਖਿਲਾਫ ਮੋਰਚਾ ਵੀ ਖੋਲਾਂਗੇ ਜੇ ਉਹਨਾਂ ਰੱਦ ਨਾ ਕੀਤਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਪ੍ਰਧਾਨ ਇਸ ਵੇਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤੇ ਉਹਨਾਂ ਦਾ ਰਮੋਟ ਚੱਲਦਾ ਕਿੱਥੋਂ ਸਾਰਿਆਂ ਨੂੰ ਪਤਾ ਤੇ ਕੱਲ ਉਹਨਾਂ ਨੇ ਇੱਕ ਵਾਰ ਫਿਰ ਉਹੀ ਇਤਿਹਾਸ ਦੁਹਰਾਤਾ ਹੋਇਆ। ਬੀਬੀ ਜ਼ਗੀਰ ਕੋਲ ਇੱਕ ਮਤਾ ਪਾਸ ਕਰਨਾ ਚਾਹੁੰਦੇ ਸੀ। ਉਹਦੇ 'ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਨਾਲ ਉਹਨਾਂ ਦੀ ਬਹਿਸ ਹੋਈ। ਧਾਮੀ ਸਾਹਿਬ ਕਹਿੰਦੇ ਕਿ ਜੇ ਇਹ ਵਾਪਸ ਨਾ ਲਿਆ ਤਾਂ ਹਰ ਰੋਜ਼ ਅੰਮ੍ਰਿਤਸਰ ਦੇ ਵਿੱਚ ਇੱਕ ਹਲਕੇ ਦੇ ਲੋਕ ਧਰਨਾ ਦੇ ਆ ਕਰਨਗੇ ਦੇਖ ਲੋ ਦੇ ਕੁਝ ਬੀਬੀ ਜਗੀਰ ਕੌਰ ਹੋਰਾਂ ਨੇ ਮਾਮਲਾ ਚੱਕਿਆ ਉਹ ਬਹੁਤ ਸਖਸ਼ ਸ਼ਬਦਾਂ ਵਾਲਾ ਸੀ ਉਹਨਾਂ ਦਾ ਕਹਿਣਾ ਸੀ ਕਿ ਅੱਜ ਸਿੱਖ ਸਿੱਖ ਸਿਧਾਂਤਾਂ ਤੋਂ ਪਰੇ ਹੋ ਗਏ ਨੇ ਅੱਜ ਬਾਬੇ ਨਾਨਕ ਦਾ ਸਿਧਾਂਤ ਭੁੱਲ ਗਿਆ ਇਹਨਾਂ ਨੂੰ ਉਹ ਕਹਿੰਦੇ ਕਿ ਕੁੱਲ ਆਲਮ ਨੂੰ ਤੁਸੀਂ ਬੁੱਕਲ ਦੇ ਵਿੱਚ ਜਦ ਤੱਕ ਨਹੀਂ ਲੈਂਦੇ ਜਿਹੜਾ ਅਕਸ ਸਾਡਾ ਵਿਗੜ ਚੁੱਕਿਆ ਇਹਦੇ ਵਿੱਚ ਕੋਈ ਸੁਧਾਰ ਨਹੀਂ ਹੋਣਾ ਉਹਨਾਂ ਤੋਂ ਮਾਈਕ ਵੀ ਖੋਇਆ ਗਿਆ ਤੇ ਜਿਹੜੇ ਮਾਮਲੇ ਤੋਂ ਸਾਰਾ ਮਾਮਲਾ ਉੱਠਿਆ ਕਿ YouTube ਚੈਨਲ ਚਲਾਵਾਂਗੇ ਉਹਦੇ ਉੱਤੇ ਸਪਸ਼ਟਤਾ ਕੋਈ ਨਜ਼ਰੀ ਨਹੀਂ ਆਈ ਤੇ ਆਮ ਆਦੀ ਪਾਰਟੀ ਦੇ ਬੁਲਾਰੇ ਨੇ ਜੀ ਮਾਲਵਿੰਦਰ ਸਿੰਘ ਕੰਗ ਵੱਲੋ ਵੀ ਆਰਜੀਪੀਸੀ ਤੇ ਕਈ ਸਵਾਲ ਖੜੇ ਕੀਤੇ ਨੇ ਕਹਿੰਦੇ ਜੀ ਇੱਕ ਚੈਨਲ ਨੂੰ ਬਚਾਉਣ ਲਈ ਧਾਮੀ ਸਾਹਿਬ ਕਿਸ ਹੱਦ ਤੱਕ ਚਲੇਗੇ ਇਹ ਅੱਜ ਇੱਕ ਪਰਿਵਾਰ ਦੇ ਚੈਨਲ ਦੇ ਉੱਤੇ ਹਮਲਾ ਹੋ ਗਿਆ ਕਤਤ ਰੂਪ ਦੇ ਵਿੱਚ ਤੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਸੱਦ ਲਿਆ ਗੁਰੂ ਮਹਾਰਾਜ ਦੇ ਸਰੂਪ ਚੋਰੀ ਹੋ ਗਏ ਬਾਅਦ ਦੇ ਵਿੱਚ ਗਲੀਆਂ ਚ ਖਲਾਰੇ ਤੇ ਉਦੋਂ ਤੁਸੀਂ اجلاس ਕਿਉਂ ਸੱਦਿਆ 14 ਤੇ 15 ਅਕਤੂਬਰ ਦੀ ਰਾਤ ਨੂੰ ਗੋਲੀ ਚੱਲ ਜਾਂਦੀ ਹੈ ਸਤਨਾਮ ਵਾਹਿਗੁਰੂ ਕਰਦੇ ਸਿੰਘਾਂ ਤੇ ਗੰਦੇ ਪਾਣੀ ਦੇ ਬਿਛਾੜਾਂ ਪੈਂਦੀਆਂ ਨੇ ਉਦੋਂ ਸਿੱਖ ਤਰਨ ਤੇ ਹਮਲਾ ਨਹੀਂ ਸੀ ਉਹ ਕਹਿੰਦੇ ਕਿ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਇਹ ਸਾਰੀ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਾਤੇ ਲਾ ਰਹੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਨ ਲੱਗੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੋ ਜੈਮ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਸ਼ੁਕਰਗੀਆਂ ਜੀ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਅੱਜ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵਿਸ਼ੇਸ਼ ਇਜਲਾਸ ਅੱਦਆ ਗਿਆ ਸੀਗਾ ਗੁਰਦੁਆਰਾ ਐਕਟ ਸੋਧ ਨੂੰ ਲੈ ਕੇ ਜੀ ਤੇ ਉਹਨਾਂ ਕਿਹਾ ਕਿ ਸਰਕਾਰ ਦੇ ਖਿਲਾਫ ਮੋਰਚਾ ਵੀ ਖੋਲਾਂਗੇ ਜਿਹਨਾਂ ਰੱਦ ਨਾ ਕੀਤਾ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹਦੇ ਪ੍ਰਧਾਨ ਇਸ ਵੇਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤੇ ਉਹਨਾਂ ਦਾ ਰਮੋਟ ਚੱਲਦਾ ਕਿੱਥੋਂ ਸਾਰਿਆਂ ਨੂੰ ਪਤਾ ਤੇ ਕੱਲ ਉਹਨਾਂ ਨੇ ਇੱਕ ਵਾਰ ਫੇਰ ਉਹੀ ਇਤਿਹਾਸ ਦੁਹਰਾਤਾ ਬਚਿਆ ਜਾ ਸਕਦਾ ਸੀ ਅੱਜ ਇਹ اجلاس ਸੱਦਿਆ ਗਿਆ ਸਰਕਾਰ ਦੇ ਦਖਲ ਅੰਦਾਜ਼ੀ ਦੀ ਸਾਰਿਆਂ ਨੇ ਇੱਕ ਆਵਾਜ਼ ਹੋ ਕੇ ਇਹਦੇ ਖਿਲਾਫ ਬਤਾ ਸਰਬਸੰਮਤੀ ਨਾਲ ਪਾਸ ਕੀਤਾ ਅਸੀਂ ਪਹਿਲੇ ਪ੍ਰੋਗਰਾਮ ਦੇ ਵਿੱਚ ਆਖਿਆ ਸੀ ਕਿ ਬਹੁਤ ਅੱਛਾ ਚੱਲਿਆ ਘਟੋ ਘਟ ਮਿਲ ਕੇ ਬੈਠੇ ਪਰ ਬਾਅਦ ਦੇ ਵਿੱਚ ਪ੍ਰਾਣੀਆਂ ਰੂਹਾਂ ਪ੍ਰਵੇਸ਼ ਕਰ ਗਈਆਂ ਉੱਥੇ ਬੀਬੀ ਜ਼ਗੀਰ ਕੌਰ ਇੱਕ ਮਤਾ ਪਾਸ ਕਰਨਾ ਚਾਹੁੰਦੇ ਸੀ ਉਹਦੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਨਾਲ ਉਹਨਾਂ ਦੀ ਬਹਿਸ ਹੋਈ। ਔਰ ਧਾਮੀ ਸਾਹਿਬ ਕਹਿੰਦੇ ਕਿ ਜੇ ਇਹ ਵਾਪਸ ਨਾ ਲਿਆ ਤਾਂ ਹਰ ਰੋਜ਼ ਅੰਮ੍ਰਿਤਸਰ ਦੇ ਵਿੱਚ ਇੱਕ ਹਲਕੇ ਦੇ ਲੋਕ ਧਰਨਾ ਦਿਆ ਕਰਨਗੇ ਦੇਖ ਲੋ ਦੇ ਕੇ ਕਿੰਨੇ ਕੁ ਲੋਕ ਆਉਂਦੇ ਆ ਉਹ ਪਤਾ ਲੱਗ ਜੂ ਜਿਹੜਾ ਅਸਲੀ ਮਸਲਾ ਹੈ ਕਿ ਇੱਕ ਪਰਿਵਾਰ ਦਾ ਇੱਕ ਅਧਿਕਾਰ ਖਤਮ ਕਰਨਾ ਹੈ ਜਿਹੜਾ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪਟਾਣ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ ਬੀਬੀ ਕਿਰਨਜੋਤ ਕੌਰ ਬੀਬੀ ਜ਼ਗੀਰ ਕੌਰ ਉਹਨਾਂ ਨੇ ਚੱਕਿਆ ਪਰੇਸ਼ ਦੇ ਵਿੱਚ ਜਿਹੜਾ ਕੁਝ ਬੀਬੀ ਜ਼ਗੀਰ ਕੌਰ ਹੋਰਾਂ ਨੇ ਮਾਮਲਾ ਚੱਕਿਆ ਉਹ ਬਹੁਤ ਸਖਸ਼ਬਦਾਂ ਵਾਲਾ ਸੀ ਉਹਨਾਂ ਦਾ ਕਹਿਣਾ ਸੀ ਕਿ ਅੱਜ ਸਿੱਖ ਸਿੱਖ ਸਿਧਾਂਤਾਂ ਤੋਂ ਪਰੇ ਹੋ ਗਏ ਨੇ ਅੱਜ ਬਾਬੇ ਨਾਨਕ ਦਾ ਸਿਧਾਂਤ ਭੁੱਲ ਗਿਆ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਜਿਹੜੀ ਗ੍ਰਾਫਟ ਸਾਡੇ ਵਿੱਚ ਆਈ ਹੈ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਉਹ ਕਹਿੰਦੇ ਕਿ ਸ਼ਰਮਣੀ ਅਕਾਲੀ ਦਲ ਇੱਕ ਚੜ੍ਹਦੀ ਕਲਾ ਵਾਲਾ ਸੀ ਪਰ ਇਹ ਸ਼ਰਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਗਰਾਵਟਤਾ ਆਉਣਾ ਔਰ ਅਸੀਂ ਅਜ ਚੜ੍ਹਦੀ ਕਲਾ ਤੌਰ ਸੱਤਲ ਵੱਲ ਜਾ ਰਹੇ ਹਾਂ ਉਹਨਾਂ ਬਹੁਤ ਸਾਰੇ ਇਤਰਾਜ਼ ਖੜੇ ਕੀਤੇ ਉਹ ਕਹਿੰਦੇ ਕਿ ਕੁੱਲ ਆਲਮ ਨੂੰ ਤੁਸੀਂ ਬੁੱਕਲ ਦੇ ਵਿੱਚ ਜਦ ਤੱਕ ਨਹੀਂ ਲੈਂਦੇ ਜਿਹੜਾ ਅਕਸ ਸਾਡਾ ਵਿਗੜ ਚੁੱਕਿਆ ਇਹਦੇ ਵਿੱਚ ਕੋਈ ਸੁਧਾਰ ਨਹੀਂ ਹੋਣਾ ਉਹਨਾਂ ਤੋਂ ਮਾਈਕ ਵੀ ਖੋਇਆ ਗਿਆ ਇਸ ਤੋਂ ਪਹਿਲਾਂ ਉਹਨਾਂ ਨੇ ਪਟਨ ਸਾਹਿਬ ਨੇ ਆਖਿਆ ਕਿ ਜਦੋਂ ਸਰਕਾਰ ਥੋੜੇ ਮਤਲਬ ਦੀ ਹੈ ਥੋੜਾ ਨਜ਼ਰੀਆ ਹੋਰ ਹੁੰਦਾ ਜਿ ਭਗਵੰਤ ਮਾਨ ਦੀ ਹੈ ਨਜ਼ਰੀਆ ਹੋਰ ਹੈ ਪਰ ਇਹ ਗੱਲ ਦੱਸੋ ਭਗਵੰਤ ਮਾਨ ਨੂੰ ਜੇ ਚੁਣਿਆ ਪੰਜਾਬ ਦੇ ਲੋਕਾਂ ਨੇ ਚੁਣਿਆ ਉਹਦੇ ਵਿੱਚ ਸਿੱਖਾਂ ਦੀਆਂ ਵੋਟਾਂ ਮਨਪੀ ਨੇ ਕਾਫੀ ਗਰਮਾ-ਗਰਮੀ ਦੇ ਵਿੱਚ ਮਾਹੌਲ ਰਿਹਾ ਤੇ ਜਿਹੜੇ ਮਾਮਲੇ ਤੋਂ ਸਾਰਾ ਮਾਮਲਾ ਉੱਠਿਆ ਕਿ YouTube ਚੈਨਲ ਚਲਾਵਾਂਗੇ ਉਹਦੇ ਉੱਤੇ ਸਪਸ਼ਟਤਾ ਕੋਈ ਨਜ਼ਰੀ ਨਹੀਂ ਆਈ ਮੈਂ ਦੋ ਗੱਲਾਂ ਆਪਜੀ ਕੋ ਪਰਵਾਨਗੀ ਲੈਣੀ ਹੈ ਪ੍ਰਧਾਨ ਸਾਹਿਬ ਤੁਹਾਡੀ ਅਗਿਆਨ ਨਾਲ ਨਹੀਂ ਇਹ 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 ਮੈਨੂੰ ਦੇ ਦਿਓ ਇਹੇ ਗੱਲਾਂ ਨਹੀਂ ਇੱਕ ਮਿੰਟ ਨਹੀਂ ਨਹੀਂ ਜਦੋਂ ਇਹ ਮਾਮਲਾ ਉਠਾਇਆ ਕਿ ਅੱਜ ਸਾਡੇ ਚ ਗਰਾਵਟ ਐਸਾ ਹਦ ਤੱਕ ਅਸੀਂ ਥੱਲੇ ਕੋ ਚਲੇ ਗਏ ਕਿਰਨ ਜਤਕੌਰ ਨੇ ਆਖਿਆ ਕਿ YouTube ਚੈਨਲ ਦਾ ਅੱਜ ਹੀ ਮਤਾ ਪਾ ਦਿਓ ਤੇ ਨਹੀਂ ਪਾਇਆ ਤੇ ਫਿਰ ਜਿਹੜੀ ਕੱਲ੍ਹ ਗੱਲ ਭਗਵੰਤ ਮਾਨ ਸਾਹਿਬ ਨੇ ਕਹੀ Twitter ਤੇ ਜਰੀਏ ਉਹ ਤਾਂ ਫਿਰ ਸਹੀ ਹੋ ਗਈ ਕਿ ਜਿਹੜਾ ਕੁਝ ਦਿੱਲੀੋਂ ਪੜਾ ਕੇ ਭੇਜਿਆ ਧੰਬੀ ਸਾਹਿਬ ਸਿਰਫ ਉਹਨਾਂ ਕੀ ਬੋਲਣਗੇ ਉਹਦੂ ਗਾਹ ਨਹੀਂ ਪ੍ਰਧਾਨ ਤੁਸੀਂ ਮੈਂਬਰ ਸਾਰੇ ਸਹਿਮਤ ਇਸ ਗੱਲ ਤੇ ਸਹਿਮਤ ਨੇ ਕਿ ਇੱਕ ਚੈਨਲ ਨੂੰ ਛੱਡ ਕੇ ਆਪਣਾ ਚੈਨਲ ਬਣਾਓ ਤੇ ਉਹਦਾ ਮਤਕ ਕਿਉਂ ਨਾ ਪਾਇਆ ਤਾਮੀਰ ਸਾਹਿਬ ਕਹਿੰਦੇ ਕਿ 117 ਵਿਧਾਨ ਸਭਾ ਹਲਕੇ 120 ਸਾਡੇ ਹਰ ਰੋਜ਼ ਇੱਕ ਹਲਕੇ ਦੇ ਬੰਦੇ ਆ ਕੇ ਇੱਥੇ ਧਰਨਾ ਦਿਆ ਕਰਨਗੇ ਜਰੂਰ ਦਿਓ ਲੋਕਤੰਤਰ ਪ੍ਰਣਾਲੀ ਦੇ ਵਿੱਚ ਧਰਨੇ ਵਜਾਰੇ ਕਰਨਾ ਸਾਡਾ ਰਾਈਟ ਬਣਦਾ ਹੈ ਸਵਧਾਨ ਇਸ ਗੱਲ ਦੀ ਆਗਿਆ ਦਿੰਦਾ ਹੈ ਪਰ ਜਿਹੜੀ ਗੱਲ ਗੁਰੂ ਸਾਹਿਬ ਨੇ ਕਹੀ ਆ ਸੰਵਾਦ ਉਹ ਕਹਿੰਦੇ ਅਗਲੇ ਦਿਨਾਂ ਦੇ ਵਿੱਚ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੂੰ ਵੀ ਮਿਲਾਂਗੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹੋਤ ਸਾਹਿਬ ਨੂੰ ਅਸੀਂ ਮਿਲ ਚੁੱਕੇ ਹਾਂ ਮੰਗ ਪੱਤਰ ਦੇ ਦਿੱਤਾ ਹੈ ਤੇ ਇਹ ਸਾਰਾ ਕੁਝੜਾ ਹੈਗਾ ਉਹਨਾਂ ਨੇ ਜਿਹੜਾ ਆਖਿਆ ਕਿ ਬਹੁਤ ਜਲਦ ਮਿਲਦੇ ਰਹਾਂਗੇ ਪਰ ਉੱਥੇ ਜਿਹੜੇ ਸਵਾਲ ਚੱਕੇ ਗਏ ਉਹਨਾਂ ਸਵਾਲਾਂ ਦਾ ਜਵਾਬ ਦੇਣ ਤੋਂ ਪ੍ਰਧਾਨ ਸਾਹਿਬ ਨੇ ਤਾਲਾ ਹੀ ਬਟਿਆ ਜੀ ਜੀ ਟਿਲ ਸਾਹਿਬ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਬੁਲਾਰੇ ਨੇ ਜੀ ਮਾਲਵਿੰਦਰ ਸਿੰਘ ਕੰਗ ਵੱਲੋਂ ਵੀ ਆਰਜੀਪੀਸੀ ਤੇ ਕਈ ਸਵਾਲ ਖੜੇ ਕੀਤੇ ਨੇ ਕਹਿੰਦੇ ਜੀ ਕਿ ਚੈਨਲ ਨੂੰ ਬਚਾਉਣ ਲਈ ਧਾਮੀ ਸਾਹਿਬ ਕਿਸ ਹੱਦ ਤੱਕ ਚਲੇਗੇ ਨੇ ਜੀ ਮਾਲਵਿੰਦਰ ਸਿੰਘ ਕੰਗਾ ਜਿਹੜਾ ਲਾਈਵ ਹੋਏ ਇਹ ਗੱਲਾਂ ਜਿਹੜੀਆਂ ਅਸੀਂ ਅਕਸਰ ਇੱਥੇ ਬੈਠ ਕੇ ਕਰਦੇ ਆਂ ਅੱਜ ਉਹ ਗੱਲਾਂ ਹੈ ਬਹੁਤ ਕੌੜੀਆਂ ਅਰ tạmਮੀ ਸਾਹਿਬ ਵੱਲੋਂ ਤੋਪ ਕਰਕੇ ਉਹਨਾਂ ਨੇ ਉਹ ਸਵਾਲ ਚੱਕੇ ਕਿ ਅੱਜ ਇੱਕ ਪਰਿਵਾਰ ਦੇ ਚੈਨਲ ਦੇ ਉੱਤੇ ਹਮਲਾ ਹੋ ਗਿਆ ਕਤਤ ਰੂਪ ਦੇ ਵਿੱਚ ਤੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜਲਾਸ ਸੱਦ ਲਿਆ ਗੁਰੂ ਗ੍ਰਾਂਥ ਸਾਹਿਬ ਮਹਾਰਾਜ ਦੀ ਬੀੜ ਚੋਰੀ ਹੁੰਦੀ ਹੈ 2015 ਦੇ ਵਿੱਚ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਉਹ ਲਲਕਾਰਾ ਮਾਰਦਾ ਹੈ ਕਿ ਛੋਟਾ ਗੁਰੂ ਸਾਡੇ ਕੋਲੇ ਲੈ ਜਾਓ ਉਦੋਂ ਪਹਿਲਾਂ 2007 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਰਗਾ ਬਾਣਾ ਪਾ ਕੇ ਉਹਨਾਂ ਦੀ ਨਕਲ ਕਰਕੇ ਉਹ ਆ ਜਾਂ ਸਾੰਗ ਕਰਕੇ ਇਹ ਡੇਰੇ ਵਾਲਾ ਇੱਕ ਬੰਦੇ ਨੇ ਉਹਦੇ ਤੇ ਪਰਚਾ ਦਰਜ ਕਰਾਤਾ ਤੇ ਉਦੋਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਕਿਉਂ ਨਾ ਸਦਿਆ ਸਿੱਧਮ ਸਿੱਧਾ ਸਿੱਖ ਧਰਮ ਤੇ ਆਉਂਲਾ ਸੀ ਗੁਰੂ ਮਹਾਰਾਜ ਦੇ ਸਰੂਪ ਚੋਰੀ ਹੋ ਗਏ ਬਾਅਦ ਦੇ ਵਿੱਚ ਗਲੀਆਂ ਚ ਖਲਾਰੇ ਤੇ ਉਦੋਂ ਤੁਸੀਂ اجلاس ਕਿਉਂ ਨਾ ਸਦਿਆ ਦੋ ਸਿੰਘਾਂ ਦੇ 14 ਤੇ 15 ਅਕਤੂਬਰ ਦੀ ਰਾਤ ਨੂੰ ਗੋਲੀ ਚੱਲ ਜਾਂਦੀ ਹੈ ਸਤਨਾਮ ਵਾਹਿਗੁਰੂ ਕਰਦੇ ਸਿੰਘਾਂ ਤੇ ਗੰਦੇ ਪਾਣੀ ਦੀਆਂ ਬਿਛਾੜਾਂ ਪੈਂਦੀਆਂ ਨੇ ਉਦੋਂ ਸਿੱਖ ਧਰਮ ਤੇ ਹਮਲਾ ਨਹੀਂ ਸੀ ਉਦੋਂ ਇਜਲਾਸ ਕਿਉਂ ਨਾ ਸੱਤਿਆ ਉਹ ਕਹਿੰਦੇ ਕਿ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਇਹ ਸਾਰੀ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਾਤੇ ਲਾ ਰਹੇ ਨੇ ਕਿਹਾ ਤਾਂ ਸਿਰਫ ਕਹਿੰਦੇ ਮੁੱਖ ਮੰਤਰੀ ਨੇ ਇੰਨਾ ਹੀ ਹੈ ਕਿ ਇੱਕ ਅਧਿਕਾਰ ਖਤਮ ਕਰਕੇ ਅਸੀਂ ਸਾਰੀ ਮਸ਼ੀਨਰੀ ਲਾ ਦਿੰਨੇ ਆ ਸ਼੍ਰੋਮਣੀ ਗੁਰਦੋਰਾ ਪ੍ਰਬੰਧਕ ਕਮੇਟੀ ਚੈਨਲ ਆਪ ਚਲਾਵੇ ਉਹਦੇ ਤੋਂ ਲਿੰਕ ਬਾਕੀਆਂ ਨੂੰ ਦੇਵੇ ਘਰ ਘਰ ਦੇ ਵਿੱਚ ਗੁਰਬਾਣੀ ਦਾ ਪਸਾਰ ਹੋਵੇ ਇਹਦੇ ਵਿੱਚ ਕਿਹੜਾ ਹਮਲਾ ਹੋ ਗਿਆ ਇਹ ਜਦੋਂ ਧਾਮੀ ਸਿੰਘ ਸਾਹਿਬ ਕਰ ਰਹੇ ਸੀ ਦੂਜੇ ਪਾਸੇ ਮਾਲਬੰਦਰ ਕੰਗ ਕਰ ਰਹੇ ਸੀ ਪ੍ਰਸਟਾਉਂਡਸ ਤੇ ਜਿਹੜੇ ਮਾਮਲੇ ਉਹਨਾਂ ਨੇ ਠਾਤੇ ਧਾਮੀ ਸਾਹਿਬ ਦਾ ਜਵਾਬ ਦੇਣਾ ਚਾਹੀਦਾ ਉਹਦਾ ਕਿ ਮੁੱਖ ਮੰਤਰੀ ਨੇ ਇੰਨੀ ਕਿਹਾ ਕਿ ਗਰਬਾਣੀ ਸਰਵਸਾਂਝੀ ਹੈ ਇਹਦਾ ਪਸਾਰ ਘਰ ਘਰ ਵਿੱਚ ਜਾਵੇ ਮੁਕਤ ਜਾਵੇ ਕੋਈ ਪੈਸਾ ਨਹੀਂ ਤੇ ਤੁਸੀਂ ਕਹਿੰਦੇ ਹੋ ਹਮਲਾ ਹੋ ਗਿਆ ਤੇ ਜਿਹੜੇ ਸਵਾਲ ਫਿਰ ਉਹਨਾਂ ਨੇ ਠਾਤੇ ਕੀ ਧਾਮੀ ਸਾਹਿਬ ਕੱਲ ਨੂੰ ਜਾਂ ਸ਼ਰੂਮਨੀ ਕਾਲੀਦਾਲ ਇਹਨਾਂ ਚੀਜ਼ਾਂ ਦਾ ਜਵਾਬ ਦੇਵੇਗਾ ਜਿਹੜੇ ਸਵਾਲ ਠਾਏ ਨੇ ਗੱਲ ਤਾਂ ਬਿਲਕੁਲ ਸੱਚੀ ਐ ਤੇ ਇੱਕ ਫਿਲਮ ਚਲਾਉਣ ਵਾਸਤੇ 92 ਲੱਖ ਰੁਪਏ ਕਹਿੰਦੇ ਤੁਸੀਂ ਅਸ਼ਤਿਹਾਰਵਾਜੀ ਦੇ ਲਾਤੇ ਉਦੋਂ ਕਿਹੜਾ ਤੁਸੀਂ ਸਿੱਖ ਕੌਣ ਨੂੰ ਕਿਹਾ ਮਜਬੂਰ ਕੀਤਾ ਦਬਾਅ ਪਾਇਆ ਕਿ ਗਰਵਚਨ ਸਿੰਘ ਦੇ ਉਸ ਵੇਲੇ ਦੇ ਜਥੇਦਾਰ ਦਾ ਹੁਕਮਨਾਮਾ ਮੰਨੋ ਜਦੋਂ ਦਬਾਅ ਪਿਆ ਉਸੇ ਜਥੇਦਾਰ ਦੇ ਸੰਗਤ ਨੇ ਪੁਤਲੇ ਫੂਕੇ ਪ੍ਰਕਰਮਾ ਚ ਘੜੀਸੇ ਬਾਹਰ ਲਿਜਾ ਕੇ ਜੁੱਤੀਆਂ ਮਾਰ ਕੇ ਉਹਨਾਂ ਨੂੰ ਅੱਗ ਲਾਈ ਕੀ ਇਸ ਤੋਂ ਪਹਿਲਾਂ ਕਦੇ ਹੋਇਆ ਸੀ ਸੋ ਸਵਾਲ ਬਹੁਤ ਵੱਡੇ ਨੇ ਠੀਕ ਹੈ ਜਲਾਸ ਬੁਲਾਉਣਾ ਇਹਨਾਂ ਦਾ ਪਰ ਜਲਾਸ ਦੇ ਵਿੱਚ ਜਿਹੜੇ ਸਵਾਲ ਦੂਜੇ ਪਾਸੋਂ ਉਠਾਏ ਜਾ ਰਹੇ ਆ ਉਹਨਾਂ ਦਾ ਜਵਾਬ ਵੀ ਸਿੱਖ ਸੰਗਤ ਨੂੰ ਦਿੱਤਾ ਜਾਣਾ ਚਾਹੀਦਾ ਹੈ ਜੀ ਤੇਲ ਸਾਹਿਬ ਕੇਂਦਰੀ ਮੰਤਰੀ ਨੇ ਜੀ ਸਪੋਰਟਸ ਦੇ ਉਹਨਾਂ ਵੱਲੋਂ ਕਿਹਾ ਗਿਆ ਕਿ ਕੇਂਦਰ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਵਿੱਚ ਨਸ਼ਾ ਵੀ ਬਹੁਤ ਹੈ ਪੰਜਾਬ ਦੇ ਵਿੱਚ ਆਏ ਹੋਏ ਨੇ ਸੋ ਕਈ ਮੁੱਦੇ ਨੇ ਜਿਨ੍ਹਾਂ ਉੱਤੇ ਗੱਲ ਕੀਤੀ ਹੈ ਉਹਨੇ ਕਿਹਾ ਵੀ ਅਸੀਂ ਕੋਈ ਯੰਤਰ ਕਰਾਂਗੇ ਜੋ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਸਕੇ ਜੀ ਦੇਖੋ ਜਿਹੜਾ ਅਨੁਰਾਗ ਠਾਕਰ ਸਾਹਿਬ ਖੇਡ ਦੇ ਮੰਤਰੀ ਨੇ ਉਹ ਜਲੰਧਰ ਦੇ ਵਿੱਚ ਆਏ ਬੀਐਸਐਫ ਹੈੱਡਕੁਆਟਰ ਵਿਖੇ ਇੱਕ ਨਵਾਂ ਮਰਦਾਨ ਬਣਾਇਆ ਜਿਹੜਾ ਅੱਤ-ਅੱਤ ਨੂੰ ਕਿ ਟਰਫ ਗਰਾਊਂਡ ਜੀ ਉਹਦਾ ਉਹਨਾਂ ਨੇ ਉਦ்கਾਟਣ ਕੀਤਾ ਸਰਕਾਰ ਵੱਲੋਂ ਖੇਲੋ ਇੰਡੀਆ ਤਹਿਤ ਇਹ ਮੈਦਾਨ ਹਾਕੀ ਦਾ ਅੱਤ-ਅੱਤ ਨੂੰ ਕਿਉਂ ਤਿਆਰ ਕੀਤਾ ਗਿਆ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਸਰਦਾਰ ਪ੍ਰਗਟ ਸੇ ਦਾ ਪਿੰਡ ਮਿੱਠਾਪੁਰ ਤੇ ਉਹਦੇ ਨਾਲ ਜਿਹੜਾ ਭਾਰਤੀ ਹਾਕੀ ਦਾ ਜਨਮਦਾਤਾ ਪਿੰਡ ਹੈ ਪੂਰਾ ਸੰਸਾਰਪੁਰ ਇੱਥੋਂ ਹੀ ਭਾਰਤੀ ਹਾਕੀ ਟੀਮ ਵਿੱਚ ਬਹੁਤ ਸਾਰੇ ਖਿਡਾਰੀਆਂ ਨੇ ਭਾਰਤ ਦਾ ਨਾਂ ਉੱਚਾ ਕੀਤਾ ਹੈ ਉਹ ਕਹਿੰਦੇ ਫੌਜ ਦੇ ਮਹਾਨ ਖਿਡਾਰੀ ਵੀ ਇਹਦਾ ਦੇ ਤਨੀ ਫੌਜ ਨੂੰ ਮਿਲਖਾ ਸਿੰਘ ਪਾਣ ਸਿੰਘ ਤੋਂਬਰ ਵਰਗਿਆਂ ਦੇ ਨਾਂ ਜਾਣੇ ਜਾਂਦੇ ਐ ਤੇ ਪੰਜਾਬ ਦੁੱਧ ਦੀਆਂ ਬਲਟੋਈਆਂ ਮੱਖਣ ਘਿਓ ਇਹਨਾਂ ਚੀਜ਼ਾਂ ਦੇ ਨਾਲ ਜਾਣਿਆ ਜਾਂਦਾ ਸੀ ਤੇ ਅੱਜ ਇਹ ਪੰਜਾਬ ਨਸ਼ਿਆਂ ਦੇ ਨਾਲ ਜਾਣਿਆ ਜਾਣ ਲੱਗ ਪਿਆ ਆਪਾ ਕੇਂਦਰ ਕਾ ਤੇ ਬਹੁਤ ਮਦਦ ਕਰਦੀ ਹੈ। ਔਰ ਜਦੋਂ ਨਸ਼ਿਆਂ ਦਾ ਮਾਮਲਾ ਚੁੱਕਦਾ ਤੇ ਪੰਜਾਬ ਦੀ ਸਰਕਾਰ ਵੱਲ ਨੂੰ ਇਸ਼ਾਰਾ ਪਹਿਲਾਂ ਹੋ ਜਾਂਦਾ ਹੈ। ਕਿ ਪੰਜਾਬ ਦੀ ਸਰਕਾਰ ਕਰ ਕੁਝ ਨਹੀਂ ਰਹੀ। ਨਸ਼ਿਆਂ ਦਾ ਕਾਰੋਬਾਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਪਰ ਅਨੌਗਠਾਕਰ ਸਾਹਿਬ ਨੂੰ ਮੈਂ ਇਹ ਵੀ ਪੁੱਛਦਾ ਹੂੰ। ਹੁਣ ਤਾਂ 50 ਕਿਲੋਮੀਟਰ ਦਾ ਘੇਰਾ ਤੁਸੀਂ ਬੀਐਸਐਫ ਨੂੰ ਦੇਤਾ। ਤੇ ਵੀ ਇਸ ਆਪਣੇ ਵੀ ਪੁੱਛੋ ਗੁਜਰਾਤ ਦੀ ਬੰਦਰਗਾਹ ਤੇ ਪੰਜਾਬ ਦੇ ਮੁਕਾਬਲੇ ਹਜ਼ਾਰਾਂ ਗੁਣਾ ਵੱਧ ਨਸ਼ਾ ਆ ਰਿਹਾ ਹੈ ਬਦਨਾਮ ਪੰਜਾਬ ਸੋ ਨਸ਼ਿਆਂ ਦੇ ਮਾਮਲੇ ਦੇ ਵਿੱਚ ਮੈਂ ਸਮਝਦਾ ਕੇਂਦਰ ਸਰਕਾਰ ਤੇ ਰਾਜਾਂ ਦੀਆਂ ਸਰਕਾਰਾਂ ਨੂੰ ਮਿਲ ਕੇ ਕਿਉਂਕਿ ਸਭ ਤੋਂ ਵੱਡਾ ਕੌੜ ਹੈ ਜਿਹਨੇ ਪੰਜਾਬ ਸਮੇਤ ਬਖ ਬਖ ਰਾਜਾਂ ਦੇ ਵਿੱਚ ਨੌਜਵਾਨਾਂ ਨੂੰ ਖਾ ਲਿਆ ਤੇ ਸਾਨੂੰ ਇਹਨਾਂ ਮਾਮਲਿਆਂ ਦੇ ਵਿੱਚ ਫੇਰ ਸਾਂਝਾ ਕਦਮ ਚੱਕਣਾ ਚਾਹੀਦਾ ਹੈ ਤੇ ਨਸ਼ਿਆਂ ਦਾ ਖਾਤਮਾ ਕਰਨ ਲਈ ਹਰ ਜ਼ਿੰਮੇਵਾਰ ਵਿਅਕਤੀ ਨੂੰ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਜੀ ਤੁਸੀਂ ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ ਜੀ ਅਨੁਰਾਗ ਵਰਮਾ ਦੇਖੋ ਪਟਿਆਲਬੀਆਂ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਨਰਗ ਬਰਮਾ ਸਾਹਿਬ 1993 ਬੈਚ ਦੇ ਆਈਐਸ ਅਧਿਕਾਰੀ ਨੇ ਪਟਿਆਲੇ ਨਾਲ ਸੰਬੰਧਿਤ ਨੇ ਜਿਹੜੇ ਸਾਡੇ ਮੌਜੂਦਾ ਮੁੱਖ ਸਕੱਤਰ ਨੇ ਉਹਨਾਂ ਦਾ ਸੇਵਾ ਕਾਲ 30 ਜੂਨ ਤੱਕ ਹੈ ਤੇ ਜੋਰ ਲੱਗਿਆ ਵਾ ਕਿ ਉਹਨਾਂ ਦਾ ਪਟਿਆਲੇ ਦੇ ਵਿੱਚ ਇੱਕ ਦਫ਼ਤਰ ਹੈ ਉੱਥੇ ਉਹਨਾਂ ਦੇ ਕੁਰਸੀ ਢਾਕੇ ਬਾਹਰ ਦਿੱਤਾ ਜਾਵੇ ਅਨੁਰਾਗ ਵਰਮਾ ਉਹਨਾਂ ਦੀ ਥਾਤੇ ਨਵੇਂ ਮੁਖ ਸਕੱਤਰ ਹੋਣਗੇ ਸਰਕਾਰਾਂ ਚਲਾਉਣ ਵਾਸਤੇ ਮੁਖ ਸਕੱਤਰ ਡੀਜੀਪੀ ਇਹਨਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਤੇ ਅਹਿਮ ਯੋਗਦਾਨ ਵਾਲੇ ਇਹ ਲੋਕ ਸਰਕਾਰਾਂ ਚਲਾਉਣ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਆ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹੋਏ ਇਹ ਆਸ ਰੱਖਾਂਗੇ ਕਿ ਅਨੁਰਾਗ ਬਰਮਾ ਪੰਜਾਬ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਾਰਗਦਰਸ਼ਕ ਬਣਨਗੇ ਸਰਕਾਰ ਤੇ ਲੋਕਾਂ ਵਿੱਚ ਤਾਲਮੇਲ ਦਾ ਕੰਮ ਕਰਨਗੇ ਔਰ ਜੋ ਪੰਜਾਬ ਦੀਆਂ ਆਸਾਂ ਤੇ ਉਹ ਮੰਗਾਂ ਨੇ ਉਹਨਾਂ ਦੇ ਉੱਤੇ ਪੂਰਾ ਉਤਰਨ ਦਾ ਯਤਨ ਕਰਨਗੇ ਜੀ ਸਰਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਹੈ ਕਿ ਅਮਰਜੈਂਸੀ ਦੇ ਕਾਲੇ ਦਿਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜੀ ਸਾਰੀ ਦੁਨੀਆ ਨੂੰ ਪਤਾ ਹੈ ਕਿ 1975 ਦੇ ਵਿੱਚ 25 ਤੇ 26 ਦਰਮਿਆਨ ਦੀ ਰਾਤ ਨੂੰ ਇੱਥੇ ਅਮਰਜੈਂਸੀ ਲੱਗੀ ਸੀ ਉਹਨਾਂ ਅਮਰਜੈਂਸੀ ਹਾਲਾਤਾਂ ਦੇ ਵਿੱਚ ਜੋ ਕੁਝ ਉਹਦੋਂ ਵਾਪਰਿਆ ਆਵਾਜ਼ਾਂ ਬੰਦ ਕਰ ਦਿੱਤੀਆਂ ਗਈਆਂ ਮੋਦੀ ਸਾਹਿਬ ਨੂੰ 48 ਸਾਲ ਪੁਰਾਣੀ ਗੱਲ ਤਾਂ ਯਾਦ ਆਉਂਦੀ ਹੈ ਜਿਹੜੇ ਉਹਨਾਂ 9 ਸਾਲਾਂ ਦੇ ਵਿੱਚ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੀ ਥਾਂ ਤੇ ਬੰਦ ਕਰਤੀ ਬੁਲੰਦ ਨਹੀਂ ਦੀ ਥਾਂ ਤੇ ਬੰਦ ਕਰਤੀ ਔਰ ਗੋਦੀ ਮੀਡੀਆ ਦਾ ਪ੍ਰਸਾਰ ਕਰਤਾ ਉਦੋਂ ਵੀ ਖਬਰਾਂ ਸੈਂਸਰ ਹੁੰਦੀਆਂ ਸੀ ਹੁਣ ਤਾਂ ਬੰਦੀ ਕਰ ਦਿੱਤਾ ਜਾਂਦਾ ਹੈ ਕਈ ਚੈਨਲ ਬੰਦ ਹੋ ਗਏ ਸਾਈਟਾਂ ਬੰਦ ਹੋ ਗਈਆਂ ਔਰ ਤੁਸੀਂ ਨੋਟਬੰਦੀ ਕੀਤੀ ਉਹ ਐਮਰਜੈਂਸੀ ਤੋਂ ਘੱਟ ਸੀ ਤੁਸੀਂ 50 ਤੇ 60 ਰੁਪਏ ਵੇਚਣ ਵਾਲਾ ਡੀਜ਼ਲ ਪੈਟਰੋਲ 100 ਰੁਪਏ ਤੇ ਲੈ ਕੇ ਮਹਿੰਗਾਈ ਦੀ ਮਾਰ ਪਾਤੀ ਉਹ ਘਟੇ ਇਹ ਕਹਿਣਾ ਕਿ ਉਹ ਐਮਰਜੈਂਸੀ ਉਹਨਾਂ ਨੇ ਲਾਈ ਸੀ 50 ਸਾਲ ਪਹਿਲਾਂ 48 ਸਾਲ ਕੀ 48 ਸਾਲ ਬੀਤਣ ਤੋਂ ਬਾਅਦ ਅੱਜ ਭਾਰਤ ਦੇ ਹਾਲਾਤ ਸੁਧਰ ਗਏ ਨੀਲੇ ਅਸਮਾਨੇ ਹੇਠ ਸੌਣ ਵਾਲੇ ਵਿਅਕਤੀਆਂ ਦੀ ਗਿਣਤੀ ਘਟ ਗਈ ਜਿਨ੍ਹਾਂ ਨੂੰ ਤੁਸੀਂ ਗੈਸ ਚੁੱਲ੍ਹੇ ਦਿੱਤੇ ਉਜਵਲਾ ਯੋਜਨਾ ਚ ਉਹਨਾਂ ਦੇ ਸਿਲੰਡਰ ਭਰਾਉਣ ਚ ਕੋਈ ਸਬਰਥਾ ਉਹਨਾਂ ਕੋਲੇ ਹੈ ਜਾਂ ਉਹਨਾਂ ਦੇ ਜਵਾਕ ਠੇਲੇ ਬਣਾ ਕੇ ਉਹਨਾਂ ਨੂੰ ਪੈਰਾਂ ਨਾਲ ਰੋੜੀ ਫਿਰਦੇ ਨੇ ਕਈ ਆੜੇ ਉਹਦੇ ਉੱਤੇ ਫੱਟੇ ਰੱਖ ਲਏ ਨੇ ਤੇ ਕੋਈ ਸਟੂਲ ਦਾ ਕੰਮ ਲੈਂਦੇ ਨੇ ਇਹ ਸਾਰਾ ਕੁਝ ਹੈ ਤੇ ਫਿਰ ਇਹ ਵੀ ਦੱਸ ਦਿਓ ਤੁਸੀਂ 2 ਕਰੋੜ ਨੌਕਰੀਆਂ ਦੀ ਗੱਲ ਕੀਤੀ ਸੀ 1 ਸਾਲ 'ਚ 9 ਸਾਲ ਪੂਰੇ ਹੋ ਗਏ 18 ਕਰੋੜ ਪੰਜਾਬ ਭਾਰਤ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਗਿਆ ਤੁਸੀਂ 15-15 ਲੱਖ ਰੁਪਇਆ ਕਾਲਾ ਤਨਖਾਤਿਆਂ 'ਚ ਪਾਉਣ ਨੂੰ ਕਿਹਾ ਸੀ ਕੁਰਸੀ 'ਤੇ ਬੈਠਣ ਤੋਂ ਬਾਅਦ ਤੁਸੀਂ ਬਿਆਨ ਦਿੱਤਾ ਉਹ ਤਾਂ ਇੱਕ ਛੋਟ ਜਿਹਾ ਜੁਮਲਾ ਥਾ ਇਹ ਦੱਸ ਦਿਓ ਕਿ ਆਮ ਲੋਕਾਂ ਦੇ ਜੀਵਨ ਦੇ ਵਿੱਚ ਕੋਈ ਸੁਧਾਰ ਆਇਆ ਹੈ ਉਹਨਾਂ ਦੇ ਹਾਲਾਤ ਤਾਂ ਐਮਰਜੈਂਸੀ ਤੋਂ ਵੀ ਜ਼ਿਆਦਾ ਵਿਗੜ ਗਏ ਤੁਹਾਨੂੰ ਚਾਹੀਦਾ ਇੱਥੇ ਆਮ ਲੋਕਾਂ ਦੇ ਵਿਹੜੇ 'ਚ ਖੜੋ ਸੰਤਰਾਮੁਦਾਸੀ ਨੇ ਕੀ ਕਿਹਾ ਸੀਗਾ ਮਗਦਾ ਰਹੀਵੇਂ ਸੂਰਜਾ ਕਮੀਆਂ ਆ ਦੇ ਵਿਹੜੇ ਉਹ ਕਮੀ ਉਹ ਕਿਰਤੀ ਜਿਨ੍ਹਾਂ ਦੀ ਗੱਲ ਭਾਈ ਲਾਲੋ ਦੇ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕੀਤੀ ਸੀ ਤੇ ਤੁਹਾਡੀਆਂ ਨੀਤੀਆਂ ਤੇ ਤੁਸੀਂ ਖੜਦੇ ਹੋ ਜਾ ਕੇ ਸਰਮਾਇਦਾਰਾਂ ਦੇ ਨਾਲ ਮਲਕ ਭਾਗੋਆਂ ਦੇ ਨਾਲ ਤੁਸੀਂ ਅਮਰੀਕਾ ਤੇ ਮਿਸਰ ਦਾ ਦੌਰਾ ਕਰਕੇ ਆਏ ਹੋ ਕਿਸੇ ਆਮ ਵਿਅਕਤੀ ਦੀ ਗੱਲ ਕਰਨ ਦੀ ਥਾ ਤੇ ਨਾਲ ਤਾਂ ਤੁਹਾਡੇ ਸਰਮਾਇਦਾਰ ਗਏ ਸੀ ਸੋ ਅੱਜ ਬੋਦੀ ਸਾਹਿਬ ਉਧਰਲੇ ਪਾਸੇ ਸਵਾਲ ਚੱਕਦੇ ਇੱਕ ਉਂਗਲ ਜਿਹੜੀ ਇੰਦਰਾ ਗਾਂਧੀ ਵੱਲੋਂ ਕਰਦੇ ਨੇ ਇੰਦਰਾ ਗਾਂਧੀ ਤਾਂ ਹੁਣ ਇਸ ਦੁਨੀਆਂ 'ਚ ਰਹੀ ਨਹੀਂ ਤੇ ਜਿਹੜੀਆਂ ਤੈਨੂੰਗਲਾ ਆਪਦੇ ਵਾਲੇ ਪਾਸੇ ਨੇ ਜਵਾਬ ਉਹਨਾਂ ਦਾ ਦਿਓ ਕਿੰਨਾ ਸਮਾਂ ਹੋ ਗਿਆ ਮਨੀਪੁਰ ਦੇ ਵਿੱਚ ਲੋਕਾਂ ਦਾ ਕਤਲੇਆਮ ਹੋ ਰਿਹਾ ਤੁਸੀਂ ਇੱਕ ਸ਼ਬਦ ਨਹੀਂ ਬੋਲੇ ਪਹਿਲਵਾਨ ਬੀਬੀਆਂ ਸੜਕਾਂ ਤੇ ਰੁਲਦੀਆਂ ਰਹੀਆਂ ਤੁਹਾਡੀ ਜ਼ੁਬਾਨ ਚੋਂ ਇੱਕ ਸ਼ਬਦ ਨਹੀਂ ਨਿਕਲਿਆ ਵਿਰੋਧੀ ਧਿਰਾਂ ਤੋਂ ਪੁੱਛਦੀਆਂ ਨੇ ਕਿ ਮਨੀਪੁਰ ਬਾਰੇ ਕੀ ਗੱਲ ਹੈ ਉਹ ਉੱਥੇ ਐਮਰਜੈਂਸੀ ਨਹੀਂ ਲੱਗੀ ਵੀ ਤੁਹਾਡੇ ਗ੍ਰਹਿ ਮੰਤਰੀ ਸਾਹਿਬ ਸਵਾਲ ਨਹੀਂ ਸਕੇ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਹੈ ਇਹ ਕਿਨੇ ਸੁਧਾਰਨੇ ਨੇ ਤੇ ਤੁਸੀਂ ਸਿਰਫ ਤੇ ਸਿਰਫ ਧਰਮ ਦੀ ਸਿਆਸਤ ਨੂੰ ਪੱਠੇ ਪਾਉਨੇ ਹੋ ਕਰਨਾਟਕਾ ਦੇ ਵਿੱਚ ਤੁਸੀਂ ਬਜਰੰਗ ਦਲ ਦੀ ਪਾਬੰਦੀ ਨੂੰ ਬਜਰੰਗ ਬਲੀ ਜੀ ਨਾਲ ਜੋੜਤਾ ਜਿਹੜੇ ਸਾਰਿਆਂ ਦੇ ਸਤਕਾਰਤ ਨੇ ਤੇ ਉਸੇ ਬਜਰੰਗ ਬਲੀ ਨੇ ਆਮ ਲੋਕਾਂ ਚ ਚਰਚਾ ਹੈ ਕਿ ਉਹਨਾਂ ਨੇ ਤੁਹਾਡੀ ਪਿੱਠ ਤੇ ਮਾਰਿਆ ਗਦਾ ਤੇ ਤੁਹਾਨੂੰ ਉਥੋਂ ਭਜਾਤਾ ਤੁਹਾਡੇ ਪੈਰ ਨਹੀਂ ਲੱਗੇ ਥੋੜੇ ਹੋਰ ਵੀ ਜਿਹੜੇ ਚੇਲੇ ਚਪਟੇ ਨਾਲ ਜਾਂਦੇ ਆ ਦੂਜਾਂ ਰੂਪਾਂ ਦੇ ਵਿੱਚ ਤੁਹਾਡਾ ਪ੍ਰਚਾਰ ਕਰਨ ਵਾਸਤੇ ਕਾਰਦੀ ਹਾਂਡੀ ਬਾਰ-ਬਾਰ ਨਹੀਂ ਚੜਦੀ ਹੁੰਦੀ ਇੱਕ ਅੱਧੀ ਵਾਰ ਚੜ ਜਾਂਦੀ ਹੈ ਕਦੇ ਇੱਥੇ ਇੱਕ ਚੀਜ਼ ਚੜ ਗਈ ਕਦੇ ਪਲਵਾਮਾ ਚੜ ਗਿਆ ਕਦੇ ਅਖੌਤੀ ਰਾਸ਼ਟਰਵਾਦ ਚੜ ਗਿਆ ਤੁਹਾਡੇ ਉਸ ਪਲਵਾਮਾ ਤੇ ਅਖੌਤੀ ਰਾਸ਼ਟਰਵਾਦ ਨੇ ਦਾ ਪੂਰੇ ਦਾ ਪੂਰਾ ਕੱਚਾ ਚਿੱਠਾ ਤੁਹਾਡੇ ਆਪਣੇ ਲਾਏ ਹੋਏ ਸਾਬਕਾ ਰਾਜਪਾਲ ਸਤਿਆਪਾਲ ਮਾਲਕ ਸਾਹਿਬ ਨੇ ਐਨ ਚੌਰਾਹੇ ਦੇ ਵਿੱਚ ਭੰਨਤਾ ਉਹ ਉੱਥੇ ਤੁਸੀਂ ਨੰਗੇ ਹੋ ਚੁੱਕੇ ਹੋ ਹੁਣ ਕੋਈ ਲੋਕਾਂ ਦੇ ਮਸਲੇ ਦੀ ਗੱਲ ਕਰੋਗੇ ਤਾਂ ਹੋ ਸਕਦਾ ਲੋਕ ਤੁਹਾਨੂੰ ਪ੍ਰਵਾਨ ਕਰਨ ਨਹੀਂ ਤਾਂ ਜਿਹੜੇ ਪੁਰਾਣੀਆਂ ਚੀਜ਼ਾਂ ਨੇ ਉਹ ਲਗਾਤਾਰ ਲੋਕ ਮਨਾਂ ਦੇ ਵਿੱਚੋਂ ਬਾਹਰ ਹੁੰਦੀਆਂ ਜਾ ਰਹੀਆਂ ਜੀ ਤੁਨ ਸਾਹਿਬ ਵਿਰੋਧੀਆਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਕਿ ਉਹਨਾਂ ਨੇ ਐਮਐਸਪੀ ਦੇ ਘੇਰੇ ਨੂੰ ਘਟਾਤਾ ਦੇ ਦੇਖੋ ਹੈਗਾ ਜੀ ਇਹ ਸਾਰਾ ਕੁਝ ਕਿ ਅੱਜ ਜਿਹੜਾ ਐਮਐਸਪੀ ਮਿਨੀਮਲ ਸਪੋਰਟ ਸਪਰਾਈਸ ਘੱਟੋ ਘੱਟ ਸਮਰਥਨ ਮੁੱਲ ਕੀ ਅੱਜ ਫਸਲਾਂ ਉਸ ਭਾਅ ਤੇ ਵਿਕ ਰਹੀਆਂ ਨੇ ਨਾ ਮੂਗੀ ਵਿਕਦੀ ਆ ਨਾ ਮੱਕੀ ਵਿਕਦੀ ਆ ਨਾ ਹਰਿਆਣੇ 'ਚ ਸੂਰਜਮੁਖੀ ਵਿਕਦੀ ਆ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਕੱਲੂ ਕਿਸਾਨਾਂ ਨੇ ਵੀ ਸਰਕਾਰ ਨੂੰ ਘੇਰਨ ਵਾਸਤੇ ਜਾਣਾ ਪਹਿਲਾ ਪਿਪਲੀ ਦੇ ਵਿੱਚ ਹਰਿਆਣੇ ਦੇ ਕਿਸਾਨਾਂ ਨੇ ਸਰਕਾਰ ਘੇਰੀ ਆਪਣੀ ਮੰਗ ਮੰਨ ਮਾ ਲਈ ਤੁਸੀਂ ਕਿਸਾਨਾਂ ਦੇ ਨਾਲ ਸਮਝੌਤਾ ਕੀਤਾ ਮੋਦੀ ਸਾਹਿਬ ਤੇ ਉਹ ਸਮਝੌਤੇ ਦਾ ਬਣਿਆ ਕੀ ਸਿਰਫ ਇੱਕ ਕਾਗਜ਼ ਦੇ ਕੇ ਤੌਰ ਤੇ ਤੇ ਸਮਝੌਤਾ ਜਿਉਂਦਾ ਤਿਉਂ ਉਵੇਂ ਜਿਵੇਂ ਉਥੇ ਹੀ ਖੜਾ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਚ ਇੰਨੇ ਟਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਸਾਨੂੰ ਦੇ ਜਿਆਦਾ ਤੁਸੀਂ ਦੇਖੋ ਡੀ5 ਚੈਨਲ ਪੰਜਾਬੀ